ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਕਰਦਾ ਵੈਤ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਦੋਸਤੋ ਅਕਸਰ ਅਸੀਂ ਇੱਕ ਦੂਸਰੇ ਨੂੰ ਕਹਿੰਦੇ ਰਹਿੰਦੇ ਹਾਂ ਕਿ ਸਾਨੂੰ ਰਾਤ ਦੇ ਸਮੇਂ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਪਰ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਆਖਿਰ ਜਦੋਂ ਅਸੀਂ ਸਵੇਰ ਦੇ ਵਕਤ ਦਹੀਂ ਖਾਦਾ ਸੇਵਨ ਕਰ ਸਕਦੇ ਹਾਂ ਦੁਪਹਿਰ ਦੇ ਵਕਤ ਦਹੀਂ ਦਾ ਸੇਵਨ ਕਰ ਸਕਦੇ ਹਾਂ ਤਾਂ ਰਾਤ ਦੇ ਵਕਤ ਦਹੀਂ ਦਾ ਸੇਵਨ ਕਿਉਂ ਨਹੀਂ ਕਰਨਾ ਚਾਹੀਦਾ ਉਹ ਇਸ ਲਈ ਕਿਉਂਕਿ ਦਹੀਂ ਦਾ ਸੇਵਨ ਰਾਤ ਦੇ ਸਮੇਂ ਕਾਰਨ ਨਾਲ ਸਾਡੇ ਸਰੀਰ ਦੇ ਅੰਦਰ ਕਫ ਦੀ ਮਾਤਰਾ ਵਧ ਜਾਂਦੀ ਹੈ ਸਾਡੇ ਸਰੀਰ ਦੇ ਅੰਦਰ ਕਫ ਜ਼ਿਆਦਾ ਤੇਜ਼ੀ ਨਾਲ ਵਧਣ ਲੱਗ ਜਾਂਦੀ ਹੈ ਜੇਕਰ ਅਸੀਂ ਰਾਤ ਦੇ ਸਮੇਂ ਦਹੀਂ ਦਾ ਸੇਵਨ ਕਰਦੇ ਹਾਂ ਤਾਂ ਇਸੇ ਲਈ ਮੈਂ ਆਪ ਸਭ ਦੀ ਦੋਸਤ ਤੁਹਾਨੂੰ ਦੱਸਾਂਗੀ ਕਿਉਂ ਨਹੀਂ ਕਰਨਾ ਚਾਹੀਦਾ ਦਹੀਂ ਦਾ ਸੇਵਨ ਰਾਤ ਦੇ ਵਕਤ ਵੈਸੇ ਤਾਂ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਤੇਜ਼ ਮਸਾਲੇਦਾਰ ਖਾਣਾ ਖਾਣ ਨਾਲ ਸਾਨੂੰ ਪੇਟ ਤੇ ਰੋਗ ਹੋ ਜਾਂਦੇ ਹਨ ਜਿਵੇਂ ਗੈਸ ਉਪਚ ਜਾਂ ਫਿਰ ਐਸਿਡਿਟੀ ਪਰ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਅਗਰ ਤੁਸੀਂ ਖਾਣੇ ਦੇ ਨਾਲ ਰਾਤ ਦੇ ਸਮੇਂ ਦਹੀਂ ਦਾ ਸੇਵਨ ਕਰਦੇ ਹੋ ਅਤੇ ਤੁਸੀਂ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹੋ ਤਾਂ ਤੁਸੀਂ ਬਿਲਕੁਲ ਗਲਤ ਸੋਚ ਰਹੇ ਹੋ ਦਹੀਂ ਟੇਸਟ ਵਿੱਚ ਖੱਟੀ ਅਤੇ ਚਾਹਣ ਵਿੱਚ ਬਹੁਤ ਮੁਸ਼ਕਿਲ ਹੁੰਦੀ ਹੈ ਦਹੀਂ ਦਾ ਟੇਸਟ ਵਧੀਆ ਤਾਂ ਲੱਗਦਾ ਹੈ ਪਰ ਇਹ ਵੇਟ ਵਿੱਚ ਉਨੀ ਹੀ ਜ਼ਿਆਦਾ ਭਾਰੀ ਵੀ ਹੁੰਦੀ ਜੇਕਰ ਅਸੀਂ ਖਾਣਾ ਸਮਾਨ ਰੂਪ ਨਾਲ ਖਾਈਏ ਤਾਂ ਇਹ ਜਲਦੀ ਪਾਚ ਜਾਂਦੀ ਹੈ ਪਰ ਅਗਰ ਅਸੀਂ ਰਾਤ ਦੇ ਸਮੇਂ ਦਹੀਂ ਦਾ ਪ੍ਰਯੋਗ ਕਰੀਏ ਤਾਂ ਖਾਣਾ ਪਚਾਉਣ ਦੇ ਲਈ ਸਾਡੇ ਸਰੀਰ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਦੋਸਤੋ ਧਿਆਨ ਰੱਖੋ ਕਿ ਮੈਂ ਇਹ ਗੱਲ ਸਿਰਫ ਖੱਟੀ ਦਹੀਂ ਦੇ ਬਾਰੇ ਕਹਿ ਰਹੀ ਹਾਂ ਤੁਸੀਂ ਮਿੱਠੀ ਦਹੀਂ ਦਾ ਸੇਵਨ ਤਾਂ ਕਰ ਹੀ ਸਕਦੇ ਹੋ ਖੱਟੀ ਦਹੀਂ ਦੀ ਤਾਸੀਰ ਹੋਰ ਵੀ ਜ਼ਿਆਦਾ ਖੱਟੀ ਅਤੇ ਗਰਮ ਹੁੰਦੀ ਹੈ ਜੋ ਸਰੀਰ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ ਜੇਕਰ ਤੁਹਾਡੇ ਸਰੀਰ ਵਿੱਚ ਸੂਜਨ ਹੈ ਤਾਂ ਤੁਹਾਨੂੰ ਖੱਟੀ ਦਹੀਂ ਜਾਂ ਫਿਰ ਕਿਸੇ ਵੀ ਦਹੀਂ ਪ੍ਰਕਾਰ ਦੀ ਦਹੀਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਦੁਪਹਿਰ ਦਾ ਸਮਾਂ ਹੋਵੇ ਜਾਂ ਫਿਰ ਸਵੇਰ ਦਾ ਸਮਾਂ ਤੁਹਾਨੂੰ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸੇ ਲਈ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਸੂਜਨ ਦੀ ਪ੍ਰੋਬਲਮ ਹੈ ਚੂੜਾ ਦਾ ਦਰਦ ਹੈ ਉਹਨਾਂ ਨੂੰ ਰਾਤ ਦੇ ਸਮੇਂ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਦਹੀਂ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਕਾਫੀ ਬਿਮਾਰੀਆਂ ਜਨਮ ਲੈ ਸਕਦੀਆਂ ਹਨ ਢੇਰ ਦੀ ਸਮੱਸਿਆ ਹੋਵੇ ਜਾਂ ਫਿਰ ਪੇਸ਼ਾਬ ਦੀ ਸਮੱਸਿਆ ਅਤੇ ਜੇਕਰ ਤੁਸੀਂ ਦਹੀਂ ਖਾਣੀ ਹੀ ਖਾਣੀ ਹੈ ਅਤੇ ਤੁਸੀਂ ਦਹੀਂ ਦੇ ਸੇਵਨ ਕੀਤੇ ਤੋਂ ਬਗੈਰ ਆਪਣੇ ਰਹਿ ਨਹੀਂ ਸਕਦੇ ਤਾਂ ਤੁਸੀਂ ਦਹੀਂ ਦੇ ਅੰਦਰ ਸ਼ੱਕਰ ਸ਼ਾਇਦ ਚੀਨੀ ਜਾਂ ਫਿਰ ਕਾਲੀ ਮਿਰਚ 바ਕੀ ਇਸ ਦਾ ਸੇਵਨ ਕਰ ਸਕਦੇ ਹੋ ਦੋਸਤੋ ਆਯੁਰਵੇਦ ਦੇ ਅਨੁਸਾਰ ਰਾਤ ਦੇ ਸਮੇਂ ਦਹੀਂ ਖਾਣਾ ਅਗਰ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ ਤਾਂ ਤੁਹਾਨੂੰ ਦਹੀਂ ਦੇ ਅੰਦਰ ਕਾਲੀ ਮਿਰਚ ਦਾ ਪਾਊਡਰ ਜਾਂ ਫਿਰ ਮੇਥੀ ਦਾਣਾਂ ਦਾ ਪਾਊਡਰ ਮਿਲਾ ਕੇ ਵੀ ਖਾ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਉਸ ਦੀ ਤਾਸੀਰ ਥੋੜੀ ਨਰਮ ਹੋ ਜਾਏਗੀ ਖਾਣਾ ਖਾਣ ਤੋਂ ਬਾਅਦ ਦਹੀਂ ਚੰਗੀ ਤਰ੍ਹਾਂ ਡਾਈਜੈਸਟ ਹੋ ਜਾਏਗੀ ਅਤੇ ਤੁਹਾਡੇ ਪੇਟ ਦੀ ਸਮੱਸਿਆ ਵੀ ਤੁਹਾਨੂੰ ਪਰੇਸ਼ਾਨ ਨਹੀਂ ਕਰ पाएगी ਤਾਂ ਦੋਸਤੋ ਦੇਖਿਆ ਤੁਸੀਂ ਕਿ ਆਯੁਰਵੇਦ ਦੇ ਨਜ਼ਰੀਏ ਨਾਲ ਕਿਆ ਜਾਂਦਾ ਹੈ ਕਿ ਰਾਤ ਦੇ ਸਮੇਂ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸੇ ਲਈ ਅੱਜ ਦੇ ਬਾਅਦ ਤੁਸੀਂ ਦਹੀਂ ਦਾ ਸੇਵਨ ਕਰਨ ਰਾਤ ਦੇ ਸਮੇਂ ਕਰਨ ਲਈ ਥੋੜਾ ਬਚੋ ਇਹ ਇਨਾਂ ਟਿਪਸ ਨੂੰ ਜਰੂਰ ਅਜ਼ਮਾਓ ਮੇਰੀ ਹੈਲਥ ਨਾਲ ਰਿਲੇਟਡ ਵੀਡੀਓਜ਼ ਨੂੰ ਦੇਖਣ ਲਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਦੇਖਣ ਲਈ ਆਪ ਸਭ ਦਾ ਧੰਨਵਾਦ